ਦੇ ਲਈ ਵਾਹਿਗੁਰੂ ਜੀ ਦਾ ਜਾਪ ਜ਼ਰੂਰੀ ਹੈ। ਉੱਥੇ ਮੇਰੀ ਝੋਲੀ ਕੁਝ ਸ਼ਬਦ ਪਾਉਣ ਦੇ ਲਈ ਆਪ ਦੇ ਜੋੜੇ ਝਾੜਨ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਵਾਹਿਗੁਰੂ ਦੇ ਜਾਪ ਦੇ ਅੰਦਰ ਇੱਕ ਅਸੀਸ ਇੱਕ ਦੁਆ ਮੇਰੀ ਝੋਲੀ ਪਾ ਦੇਵੋ। ਸੋ ਆਓ ਆਪਣੀ ਸੋਚ ਅਤੇ ਸੁਰਤ ਨੂੰ, ਕਿਉਂਕਿ ਇਤਿਹਾਸ ਦਾ ਉਹ ਆਖਰੀ 19 ਸਫ਼ਾ ਬਾਕੀ ਹੈ ਜਿਸ ਦੇ ਵਿੱਚ ਕੱਲ੍ਹ ਨੂੰ ਗੁਰੂ ਦੇ ਲਾਲਾਂ ਨੂੰ ਤਸੀਹੇ ਦੇ ਕੇ ਜਾਮੇ ਸ਼ਹਾਦਤ ਪਾ ਜਾਣਾ ਹੈ। ਕਿਉਂਕਿ ਦੁਸ਼ਮਣ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਜਦੋਂ ਵੀ ਇਨਸਾਨੀਅਤ ਦੇ ਅੰਦਰ, ਮਨੁੱਖਤਾ ਦੇ ਅੰਦਰ, ਧਰਮ ਦੇ ਅੰਦਰ ਸੱਚ ਅਤੇ ਝੂਠ ਦਾ, ਸਹੀ ਅਤੇ ਗਲਤ ਦਾ, ਚੰਗੇ ਅਤੇ ਮਾੜੇ ਦਾ ਟਕਰਾਅ ਹੁੰਦਾ ਹੈ ਤਾਂ ਉਸ ਦੇ ਵਿੱਚ ਇੱਕ ਪਾਸੇ ਅਸੂਲ, ਪ੍ਰਿੰਸੀਪਲ, ਸਿਧਾਂਤ ਖੜ੍ਹਦੇ ਹਨ ਔਰ ਦੂਸਰੇ ਬੰਦੇ, ਦੂਸਰੇ ਇਨਸਾਨ ਦੀ ਈਗੋ ਅਤੇ ਹਉਮੈ ਖੜ੍ਹਦੀ ਹੈ ਔਰ ਈਗੋ ਦਾ, ਹਉਮੈ ਦਾ, ਹੰਕਾਰ ਦਾ ਇਹ ਸੁਭਾਅ ਹੈ। ਉਸ ਦੇ ਮਨ ਦੀ ਸ਼ਾਂਤੀ ਉਦੋਂ ਹੁੰਦੀ ਹੈ ਜਦੋਂ ਉਹ ਸਾਹਮਣੇ ਵਾਲੇ ਨੂੰ, ਮੂਹਰਲੇ ਨੂੰ ਝੁਕਾ ਲਵੇ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ, ਕਤਲ ਕਰਨਾ ਨਾ ਖਾਨ ਵਜ਼ੀਦੇ ਦਾ, ਨਾ ਝੂਠਾ ਨੰਦ ਦਾ ਕਦੇ ਵੀ ਮਨਸੂਬਾ ਨਹੀਂ ਸੀ। ਕਿਉਂਕਿ ਅਗਰ ਸਾਹਿਬਜ਼ਾਦੇ ਕਤਲ ਹੁੰਦੇ ਹਨ, ਸ਼ਹੀਦ ਹੁੰਦੇ ਹਨ, ਤਾਂ ਇਹ ਵਜ਼ੀਦ ਖਾਨ ਦੇ ਮੂੰਹ ਦੇ ਉੱਪਰ ਇੱਕ ਕਰਾਰੀ ਚਪੇੜ ਹੈ। ਉਹ ਡਰਾ ਕੇ, ਧਮਕਾ ਕੇ, ਲਾਲਚ ਦੇ ਕੇ ਬੱਚਿਆਂ ਨੂੰ ਤੋੜਨਾ ਚਾਹੁੰਦੇ ਸਨ, ਝੁਕਾਉਣਾ ਚਾਹੁੰਦੇ ਸਨ ਕਿ ਕਿਸੇ ਨਾ ਕਿਸੇ ਤਰ੍ਹਾਂ ਅਗਰ ਇੱਕ ਵਾਰੀ ਈਨ ਮੰਨ ਜਾਣ ਤਾਂ ਉਸ ਦੇ ਵਿੱਚ ਸਾਡੀ ਫਤਿਹ ਹੈ, ਉਸ ਦੇ ਵਿੱਚ ਸਾਡੀ ਜਿੱਤ ਹੈ। ਕੱਲ੍ਹ ਦਾ ਉਹ ਦਿਨ ਹੈ ਜਦੋਂ ਸਵੇਰੇ ਹੀ ਕਚਹਿਰੀ ਦੇ ਵਿੱਚ ਬੱਚਿਆਂ ਨੂੰ ਬੁਲਾਇਆ ਗਿਆ। ਬੇਸ਼ੱਕ ਅਸੀਂ ਜਦੋਂ ਓਪਰਾ ਜਿਹਾ ਇਤਿਹਾਸ ਵਾਚਦੇ ਹਾਂ ਤਾਂ ਅਸੀਂ ਦੋ ਗੱਲਾਂ ਬੋਲਦੇ ਹਾਂ, ਇੱਕ ਇਹ ਕਿ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ, ਦੂਸਰਾ ਇਹ ਕਿ ਬੱਚਿਆਂ ਨੂੰ ਜਿਨਾਹ ਕਰਕੇ, ਕਤਲ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਰ ਅਗਰ ਉਸ ਬਾਜਾਂ ਵਾਲੇ ਪਾਤਸ਼ਾਹ ਦੇ ਵਾਕੇ ਨਵੀਸ ਦੁਨਾ ਸਿੰਘ ਹੰਡੂਰੀਆ ਦੀ ਉਹ ਲਿਖਤ, ਜਿਹੜੀ ਇੱਕ ਕਿਤਾਬ ਉਹਨਾਂ ਨੇ ਲਿਖੀ ਹੈ, ਉਸ ਕਿਤਾਬ ਦਾ ਨਾਮ ਹੈ ਕਥਾ ਗੁਰਸੁਤਨ ਕੀ, ਜਿਹੜੀ ਕਿ 1984 ਦੇ ਉਸ ਬਲਿਊ ਸਟਾਰ ਦੀ ਭੇਟ ਚੜ ਗਈ। ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਬੱਚਿਆਂ ਨੂੰ ਕਤਲ ਕਰਨ ਤੋਂ ਪਹਿਲਾਂ, ਨੀਹਾਂ ਦੇ ਵਿੱਚ ਚਿਣ ਤੋਂ ਪਹਿਲਾਂ ਉਹਨਾਂ ਦੇ ਕੋਟਿਆਂ ਨੂੰ ਅੱਗ ਦੇ ਵਿੱਚ ਸੇਕਿਆ ਗਿਆ, ਉਹਨਾਂ ਨੂੰ ਨਿਰਵਸਤਰ ਕਰਕੇ ਇੱਕ ਪਿੱਪਲ ਦੇ ਦਰਖਤ ਦੇ ਨਾਲ ਬੰਨ ਕੇ ਕੋੜੇ ਮਾਰੇ ਗਏ। ਦੋਨੋਂ ਹੀ ਬੱਚਿਆਂ ਦੀਆਂ ਮੁਸ਼ਕਾਂ ਨੂੰ ਪਿੱਛੇ ਬੰਨ ਕੇ ਮਿੱਟੀ ਦੇ ਰੂੜੇ ਗਲੇਲਿਆਂ ਦੇ ਨਾਲ ਉਹਨਾਂ ਦੇ ਪਿੰਡੇ ਦੇ ਉੱਪਰ ਮਾਰੇ ਗਏ। ਹਰ ਉਹ ਤਸੀਹਾ ਦਿੱਤਾ ਗਿਆ ਜਿਸ ਦੇ ਨਾਲ ਇਹਨਾਂ ਬੱਚਿਆਂ ਦਾ ਰਕਤ, ਖੂਨ, ਬਲੱਡ ਧਰਤੀ ਦੇ ਉੱਪਰ ਨਾ ਡਿੱਗੇ ਪਰ ਇਹਨਾਂ ਨੂੰ ਮਾਨਸਿਕ ਅਤੇ ਸਰੀਰਕ ਤਕਲੀਫ ਹੋਵੇ। ਕਿਉਂਕਿ ਇਸਲਾਮ ਮਤ ਇਸ ਗੱਲ ਦੀ ਇਜਾਜ਼ਤ ਕਦੇ ਵੀ ਨਹੀਂ ਦਿੰਦਾ ਕਿ ਜਿਹੜੇ ਸ਼ੀਰ ਖੋਰ ਬੱਚੇ ਹਨ, ਦੁੱਧ ਦੰਦ ਜਿਹਦੇ ਬੱਚਿਆਂ ਦੇ ਨਹੀਂ ਟੁੱਟੇ, ਉਹਨਾਂ ਨੂੰ ਤੁਸੀਂ ਮੌਤ ਦੇ ਘਾਟ ਨਹੀਂ ਉਤਾਰ ਸਕਦੇ, ਉਹਨਾਂ ਦਾ ਖੂਨ ਨਹੀਂ ਵਹਾਇਆ ਜਾ ਸਕਦਾ। ਇਸ ਇਤਿਹਾਸ ਦੀ ਸਾਂਝ ਕੱਲ੍ਹ ਹੀ ਪਾਵਾਂਗੇ। ਅੱਜ ਸਿਰਫ ਅਤੇ ਸਿਰਫ ਜੋ ਬਾਜਾਂ ਵਾਲੇ ਦੀ ਸੋਚ ਦੇ ਉੱਪਰ ਪਹਿਰਾ ਦੇ ਕੇ ਉਸ ਦੇ ਪਰਿੰਦਾ ਨੇ, ਉਸ ਦੀਆਂ ਸਿੰਘਾਂ ਨੇ ਸਾਡੇ ਲਈ ਕੀਤਾ, ਕੀ ਕਾਰਨ ਸੀ ਕਿ ਇੱਕ ਧਰਮ ਦੇ ਵਿੱਚ, ਇੱਕ ਕੌਮ ਦੇ ਵਿੱਚ ਅਗਰ ਇੱਕ ਸ਼ਹੀਦ ਹੋ ਜਾਵੇ ਤਾਂ ਉਹ ਕੌਮਾਂ ਹਜ਼ਾਰਾਂ ਵਰ੍ਹਿਆਂ ਤੱਕ ਉਸ ਸ਼ਹਾਦਤ ਨੂੰ ਸਾਂਭ ਕੇ ਰੱਖਦੀਆਂ ਹਨ। ਪਰ ਇੱਕ ਵਾਹਿਦ ਸਿੱਖ ਧਰਮ ਹੈ, ਬਾ ਕਮਾਲ ਸਿੱਖ ਕੌਮ ਹੈ, ਜਿਸ ਦੇ ਪੰਨੇ ਪੰਨੇ ਦੇ ਉੱਪਰ, ਚੱਪੇ ਚੱਪੇ ਦੇ ਉੱਪਰ, ਪੈਰ ਪੈਰ ਦੇ ਉੱਪਰ ਸ਼ਹਾਦਤਾਂ ਦੀ ਦਾਸਤਾਨ ਹੈ। ਇਹ ਸ਼ਹਾਦਤਾਂ, ਇਹ ਸ਼ਹੀਦੀਆਂ ਦੀ ਵਜ੍ਹਾ ਕੀ ਹੈ ਔਰ ਇਹਨਾਂ ਸ਼ਹਾਦਤਾਂ ਤੋਂ, ਇਹਨਾਂ ਸ਼ਹੀਦੀਆਂ ਤੋਂ ਅਸੀਂ ਸਿੱਖਿਆ ਕੀ,
ਔਰ ਅਸੀਂ ਇਸ ਦੇ ਵਾਰਸ ਬਣ ਕੇ ਇਹਨਾਂ ਸ਼ਹੀਦੀਆਂ ਨੂੰ ਸਾਂਭਿਆ ਇਹਨਾਂ ਅੱਜ ਇਸ ਦੇ ਉੱਪਰ ਗੁਰੂ ਦੀ ਮਿਹਰ ਦਾ ਸਦਕਾ ਤੁਹਾਡੀਆਂ ਅਸੀਸਾਂ ਦਾ ਸਦਕਾ ਕੁਝ ਕੁ ਸਮਾਂ ਆਪਾਂ ਸ਼ਬਦਾਂ ਦੀ ਸਾਂਝ ਪਾਵਾਂਗੇ ਪਰ ਉਸ ਤੋਂ ਪਹਿਲਾਂ ਆਪਣੀ ਸੋਚ ਅਤੇ ਸੁਰਤ ਨੂੰ ਉਸ 148 ਫੁੱਟ ਉੱਚੇ ਠੰਡੇ ਬੁਰਜ ਦੇ ਵਿੱਚ ਲੈ ਚੱਲੋ ਜਿੱਥੇ ਇੱਕ ਦਾਦੀ ਮਾਂ ਆਪਣੇ ਮੂਲ ਤੋਂ ਪਿਆਰੇ ਵਿਆਜ ਨੂੰ ਛਾਤੀ ਦੇ ਨਾਲ ਲਾ ਕੇ ਆਪਣੇ ਸਾਹਾਂ ਦਾ ਤੇ ਆਪਣੀ ਸੋਚ ਦਾ ਨਿੱਘ ਦੇ ਰਹੀ ਹੈ। ਵਿਗਿਆਨ ਇਹ ਗੱਲ ਮੰਨਦਾ ਕਿ ਜਿਹੜੀ ਸਰਦੀ ਹੈ ਜਿਹੜੀ ਠੰਡ ਹੈ ਇਹ ਬਜ਼ੁਰਗਾਂ ਤੇ ਬੱਚਿਆਂ ਨੂੰ ਬਹੁਤੀ ਤੇ ਛੇਤੀ ਲੱਗਿਆ ਕਰਦੀ ਹੈ। ਉਸ ਠੰਡੇ ਬੁਰਜ ਦੇ ਵਿੱਚ ਇੱਕ ਅਕਾਲ ਦੇ ਆਸਰੇ ਇਹ ਤਿੰਨ ਲੋਕ ਬਿਨਾਂ ਕਿਸੇ ਬੁੱਕੜ ਦੇ ਕੱਪੜੇ ਤੋਂ ਉਸ ਠੱਕੇ ਦੀ ਵਗਦੀ ਸਰਦ ਹਵਾ ਦੇ ਵਿੱਚ ਕੜਾਕੇ ਦੀ ਸਰਦੀ ਦੇ ਵਿੱਚ ਉਸ ਵਾਹਿਗੁਰੂ ਦੇ ਭਾਣੇ ਇਸ ਹਾਲਾਤ ਨੂੰ ਇਸ ਮੰਜ਼ਰ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਕੁਝ ਸਮਾਂ ਆਪਣੀ ਸੋਚ ਨੂੰ ਇਕਾਗਰ ਕਰਕੇ ਉਸ ਵਾਹਿਗੁਰੂ ਜੀ ਦਾ ਜਾਪ ਕਰੀਏ ਫਿਰ ਗੁਰੂ ਪਾਤਸ਼ਾਹ ਜੀ ਸਮਤ ਬਖਸ਼ਣ ਆਪ ਜੀ ਅਸੀਸ ਦਿਓ ਸ਼ਬਦਾਂ ਦੀ ਸਾਂਝ ਪਾਵਾਂਗੇ। ਵਾਹਿਗੁਰੂ।